सत श्री अकाल जी, राबता टीवी देख रहे सारे दर्शकों का बहुत बहुत स्वागत है। मैं गैरी सोमल। सत श्री अकाल जी, मैं गुरदीप धालीवाल। दोस्तों, देश साडा बहुत तनाव की स्थिति विचों लंघ रहा, जिस दे मुख कारणों की असीं गल करिए, पहले नंबर ते आउंदी है जी कोरोना महामारी, ते दूसरे नंबर ते भारत ते चीन दे विच दा वाधा होया विवाद, तीसरे नंबर ते पेट्रोल ते डीजल दीआं वधदीआं होईआं डेली रवर कीमतां। सो अज असी इन्हां तिन्नां मुद्दिआं ते गलबात करन दी कोशिश करांगे। सो मेरे नाल स्टूडियो विच मौजूद ने गुरदीप धालीवाल जी। सो गुरदीप जी, तुसीं किवें देखदे हो इन्हां तिन्नां मुद्दिआं बारे जी? सब तो पहला जे आपां कोरोना दी गल करनी होवे तां कोरोना दी स्थिति लगातार बिगड़दी जा रही है जी। तुसीं हिसाब लाओ, अज तो तीन महीने पहला जदों सिर्फ भारत दे विच कुछ केस सीगे, फिर सैकड़िआं च होए, हजारां च होए, लखां च होए, ते अज करीब करीब 4.5 लाख केस जिहड़े पॉजिटिव हो चुके। बिल्कुल, जे मौतां दी गल करिए तां 14,000 तों वध जिहड़ियां मौतां हो चुकियां ने। देश दे जिहड़े दक्खणी सूबे ने 2-3 ओह जिहड़े कोरोना दे प्रभाव हेठ बहुत ज्यादा ने। जे आपां पछमी दी गल करिए तां दिल्ली, हरियाणा ते साडा पंजाब भी जिहड़े वड्डे संकट चों गुजर रहे सन जी। सो ਇਹ ਸੰਕਟ ਸਾਡੇ ਤੇ ਦਿਨ ਪਰ ਦਿਨ ਵੱਧਦਾ ਜਾ ਰਿਹਾ ਜੀ। ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ, ਜੇ ਤੁਹਾਨੂੰ ਪਤਾ ਹੋਵੇ ਅੱਜ ਦੀ ਰਿਪੋਰਟ ਆਈ ਹੈ ਜੀ। ਸਰਕਾਰ ਨੇ ਕਿਹਾ ਕਿ ਰੈਸਟੋਰੈਂਟ ਖੋਲ ਦਿੱਤੇ ਜਾਣਗੇ, ਹੋਟਲ ਖੋਲ ਦਿੱਤੇ ਜਾਣਗੇ ਤੇ ਪੈਲਸ ਖੋਲ ਦਿੱਤੇ ਜਾਣਗੇ। ਸੋ ਇਹਨਾਂ ਬਾਰੇ ਥੋੜਾ ਜਿਹਾ ਡਿਟੇਲ ਚ ਸਾਨੂੰ ਦੱਸੋ ਕਿ ਇਹ ਕਿਸ ਤਰੀਕੇ ਨਾਲ, ਇਹਦੇ ਵਿੱਚ ਕੀ ਸ਼ਰਤਾਂ ਨੇ, ਕੀ ਨਿਯਮ ਲਾਗੂ ਕੀਤੇ ਨੇ? ਗੈਰੀ ਜੀ, ਪਹਿਲੀ ਗੱਲ ਤਾਂ ਹੈਰਾਨੀ ਹੋ ਰਹੀ ਆ ਵੀ ਸਰਕਾਰ ਕਿਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ। ਅਜੇ ਪਿਛਲੇ ਹਫ਼ਤੇ ਫੈਸਲਾ ਆਇਆ ਕਿ 2 ਦਿਨ ਹਫ਼ਤੇ ਦੇ ਲਾਸਟ ਦਿਨਾਂ ਦੇ ਵਿੱਚ ਸ਼ਨੀ ਐਤਵਾਰ ਲੌਕਡਾਊਨ ਰਹੇਗਾ ਜੀ। ਇਸ ਤੋਂ ਇਲਾਵਾ ਜਨਤਕ ਛੁੱਟੀ ਵਾਲੇ ਦਿਨ ਵੀ ਲੌਕਡਾਊਨ ਰਹੇਗਾ। ਬਿਲਕੁਲ, ਅਜੇ ਲੋਕ ਬੜੀ ਦੁਚਿੱਤੀ ਦੇ ਵਿੱਚ ਸਨ ਵੀ ਕਿਵੇਂ ਹੋਏਗਾ। ਅਗਲੇ ਦਿਨ ਇਹ ਫੈਸਲਾ ਆ ਜਾਂਦਾ ਕਿ ਸ਼ਨੀਵਾਰ ਜਿਹੜੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਦੁਕਾਨਾਂ ਖੁੱਲਣ ਦਾ ਮਤਲਬ ਆ ਕਿ ਉਹ ਦਿਨ, ਉਸ ਦਿਨ ਲੌਕਡਾਊਨ ਨਹੀਂ ਹੋਏਗਾ, ਮਤਲਬ ਆਮ ਵਾਂਗ ਲੋਕ ਚੱਲ ਫਿਰ ਸਕਣਗੇ। ਹੁਣ ਲੌਕਡਾਊਨ ਰਹੇਗਾ 1 ਦਿਨ ਦਾ। ਤੇ ਅੱਜ ਜਿਹੜਾ ਨਵਾਂ ਫੈਸਲਾ ਆ ਗਿਆ ਵੀ ਰੈਸਟੋਰੈਂਟ, ਢਾਬੇ ਤੇ ਜਿਹੜੇ ਮੈਰਿਜ ਪੈਲਸ ਆ, ਉੱਥੇ ਲੋਕ ਜਿਹੜੇ ਜਾ ਕੇ, ਉਹਨਾਂ ਨੇ ਵੈਸੇ 50 ਦੀ ਗਿਣਤੀ ਦੱਸੀ, 50 ਤੱਕ ਦੀ ਗਿਣਤੀ ਹੈ, 50 ਤੱਕ ਦੀ ਗਿਣਤੀ ਨਹੀਂ, ਕਈ ਜਗ੍ਹਾ ਤੇ ਉਹਨਾਂ ਨੇ 50% ਤੱਕ ਵੀ ਕਹਿਤਾ ਜੀ। ਜਿੱਥੇ ਪੈਲਸਾਂ ਦੇ ਵਿੱਚ ਮੰਨ ਲਓ 200 ਬੰਦੇ ਦਾ ਇਕੱਠਾ ਹੋ ਸਕਦਾ, 200 ਬੰਦੇ ਦੀ ਕਪੈਸਿਟੀ ਹੋ ਸਕਦੀ ਜੀ, ਉੱਥੇ 100 ਬੰਦਾ ਵਿਦ ਪ੍ਰਕੋਸ਼ਨ ਇਕੱਠਾ ਹੋ ਸਕਦਾ ਹੈ। ਹੁਣ ਸਰਕਾਰ ਦੀ ਸਥਿਤੀ ਇਸ ਕਰਕੇ ਨਹੀਂ ਸਹੀ ਜਾਪ ਰਹੀ ਕਿਉਂਕਿ ਇੱਕ ਪਾਸੇ ਤਾਂ ਹੁਣ ਤੁਸੀਂ ਹਿਸਾਬ ਲਓ ਵੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਇਸ ਵੇਲੇ ਕੋਰੋਨਾ ਦਾ ਹੱਬ ਬਣ ਗਿਆ। ਦਿੱਲੀ 100 ਤੋਂ ਵੱਧ ਕੇਸ ਆ ਰਹੇ ਨੇ, 100 ਤੋਂ ਵੱਧ ਹੀ ਪੰਜਾਬ ਚ ਮੌਤਾਂ ਹੋ ਚੁੱਕੀਆਂ ਨੇ। ਤੇ ਤੁਸੀਂ ਦੇਖ ਰਹੇ ਹੋ ਨਿਤ ਪ੍ਰਤੀ ਦਿਨ ਜਿਹੜੇ ਕੇਸਾਂ ਚ ਇੱਕ ਵੱਡਾ ਵਾਧਾ, ਜਿਹੜਾ ਉੱਥੇ ਸਰਕਾਰ ਕੋ ਚਿੰਤਤ ਹੋਣ ਦੀ ਥਾਂ ਤੇ ਇਹੋ ਜਿਹੇ ਜਿਹੜੇ ਇੱਦਾਂ ਦੇ ਜਿਹੜੇ ਕਾਨੂੰਨ ਢਿੱਲ ਦੇ ਰਹੀ ਆ ਉਹ ਕਿਤੇ ਨਾ ਕਿਤੇ ਖਤਰਨਾਕ ਸਾਬਤ ਹੋ ਸਕਦੀ ਹੈ। ਤੇ ਜਿੱਥੇ ਸਰਕਾਰ ਢਿੱਲ ਦੇ ਰਹੀ ਹੈ ਜਾਂ ਜਿੱਥੇ ਕੋਰੋਨਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਇੱਕ ਗੱਲ ਮੈਂ ਦਰਸ਼ਕਾਂ ਨਾਲ ਇਹ ਵੀ ਸਾਂਝੀ ਕਰਨਾ ਚਾਹੁੰਦਾ ਕਿ ਉੱਥੇ ਲੈਬੋਰਟਰੀਜ਼ ਨਕਲੀ ਟੈਸਟ ਕਰ ਰਹੀਆਂ ਨੇ। ਇੱਕ ਪਾਸੇ ਤਾਂ ਕੋਰੋਨਾ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ, ਸਭ ਨੂੰ ਪਤਾ ਜੀ, ਤੇ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਕੁਝ ਲੈਬਾਂ ਇਹੋ ਜਿਹੀਆਂ ਨੇ, ਜਿਵੇਂ ਆਪਾਂ ਆਪਣੋ ਅੱਜ ਤੋਂ 3 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਕੁਝ ਲੈਬੋਰਟਰੀਜ਼ ਇਹੋ ਜਿਹੀਆਂ ਨੇ ਜਿਹੜੀਆਂ ਪੈਸਿਆਂ ਦੇ ਬਦਲੇ ਜਾਂ ਕੁਝ ਕਿਸੇ ਤਰੀਕੇ ਨਾਲ ਗਲਤ ਟੈਸਟ ਕਰ ਰਹੀਆਂ ਨੇ ਜੀ। ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਬਿਲਕੁਲ ਜੀ, ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀਗੀ ਤੇ ਮੈਂ ਹੁਣ ਉਹਦਾ ਨਾਮ ਹੀ ਜਨਤਕ ਕਰ ਦਿੰਦਾ, ਉਹਦਾ ਜਿਹੜੀ ਤੁਲੀ ਲੈਬੋਰਟਰੀ ਸੀਗੀ ਜੀ, ਤੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹਦਾ ਕੱਲ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ। ਫਿਲਹਾਲ ਉਹਦੇ ਵਿੱਚ ਕੋਰੋਨਾ ਟੈਸਟ ਨਹੀਂ ਹੋਣਗੇ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਆ ਚੁੱਕੀਆਂ ਸੀ। ਫਿਰ ਅੰਮ੍ਰਿਤਸਰ ਦੇ ਜਿਹੜੇ ਡੀਸੀ ਆ ਸਿਹਤ ਵਿਭਾਗ ਨੇ ਉਹਦਾ ਲਾਇਸੈਂਸ ਜਿਹੜਾ ਤੁਰੰਤ ਰੋਕ ਲਾ ਦਿੱਤੀ ਗਈ ਆ, ਉਹਨੂੰ ਕੈਂਸਲ ਕਰ ਦਿੱਤਾ ਗਿਆ ਆ। ਬਹੁਤ ਵੱਡੀ ਧਾਂਦਲੀ ਹੋ ਰਹੀ ਜੀ, ਜਿਵੇਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ, ਜਿਨ੍ਹਾਂ ਦੇ ਪੋਜ਼ਿਟਿਵ ਨੇ ਉਹਨਾਂ ਦੇ ਨੈਗੇਟਿਵ, ਨੈਗੇਟਿਵ ਪੋਜ਼ਿਟਿਵ, ਪ੍ਰਾਈਵੇਟ ਹਸਪਤਾਲਾਂ 'ਚ ਇਲਾਜ, ਬਹੁਤ ਕੁਛ ਕੋਰੋਨਾ ਦੀ ਆੜ ਦੇ ਵਿੱਚ ਜਿਹੜਾ ਮੈਡੀਕਲ ਢਾਂਚਾ ਜਾਂ ਇਹ ਬਹੁਤ ਵੱਡਾ, ਹਾਲਾਂਕਿ ਸਰਕਾਰਾਂ ਤੋਂ ਵੀ ਇਹ ਗੱਲ ਲੁਕੀ ਛਿਪੀ ਨਹੀਂ। ਇੱਕ ਪਾਸੇ ਸਰਕਾਰ ਕਹਿੰਦੀ ਵੀ ਸਾਡੇ ਕੋਲ ਕੋਰੋਨਾ ਟੈਸਟ ਦੀਆਂ ਜਿਹੜੀ ਟੈਸਟ ਕਿੱਟ ਦੀ ਘਾਟ ਹੈ, ਪਰ ਪ੍ਰਾਈਵੇਟ ਜਿਹੜੀਆਂ ਲੈਬੋਰਟਰੀ ਉਹਨਾਂ ਕੋਲ ਕਿੱਥੋਂ ਅਵੇਲੇਬਲ ਹੋ ਰਹੀਆਂ ਨੇ? ਬਿਲਕੁਲ, ਸਰਕਾਰ ਕਿਉਂ ਨਹੀਂ ਕਹਿੰਦੀ ਵੀ ਅਸੀਂ ਸਾਰੇ ਅਸੀਂ ਕਿੱਟਾਂ ਖਰੀਦਾਂਗੇ, ਬਾਹਰ ਕਿਤੇ ਟੈਸਟ ਨਹੀਂ ਹੋਗਾ, ਅਸੀਂ ਤੁਹਾਡਾ ਫ੍ਰੀ ਕਰਾਂਗੇ, ਫ੍ਰੀ ਕਰਾਂਗੇ। ਅਸਲੀ ਗੱਲ ਤਾਂ ਇਹ ਆ ਕਿ ਜਿੰਨੇ ਸਾਡੇ ਦੇਸ਼ ਦੇ ਵਿੱਚ ਕੋਰੋਨਾ ਟੈਸਟ, ਕੋਰੋਨਾ ਪੋਜ਼ਿਟਿਵ ਮਰੀਜ਼ ਵੱਧ ਰਹੇ ਨੇ, ਆਪਾਂ ਇਹ ਕਹਿੰਦੇ ਵੀ ਕੋਰੋਨਾ ਦੀ ਮਰੀਜ਼ਾਂ ਦੀ ਰਫ਼ਤਾਰ ਵੱਧ ਰਹੀ ਹੈ ਕੇਸਾਂ ਦੀ, ਪਰ ਅਸਲੀ ਗੱਲ ਇਹ ਵੀ ਜਿਹੜੀ ਸ਼ਨਾਖਤ ਦੀ ਜਿਹੜੀ ਰਫ਼ਤਾਰ ਆ ਉਹ ਬਹੁਤ ਘੱਟ ਆ, ਅਸੀਂ ਜਾਂਚ ਨਹੀਂ ਕਰ ਪਾ ਰਹੇ। ਹੁਣ ਤੱਕ ਸਿਰਫ ਅਜੇ 68 ਲੱਖ ਜਿਹੜੇ ਲੋਕਾਂ ਦੀ ਜਾਂਚ ਹੋ ਚੁੱਕੀ ਹੈ, ਤੁਸੀਂ ਹਿਸਾਬ ਲਾ ਵੀ ਕਰੋੜ ਤੱਕ ਨਹੀਂ ਪਹੁੰਚਿਆ, ਤੇ 130 ਕਰੋੜ ਦਾ ਸਾਡਾ ਕਿੰਨਾ ਵੱਡਾ ਦੇਸ਼। ਸਾਂਝੀ ਕਰਨੀ ਹੈ ਗੁਰਦੇਵ ਜੀ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਟੈਸਟ ਕਿੱਟਾਂ ਦੀ, ਜਦੋਂ ਕੋਰੋਨਾ ਕਾਲ ਸ਼ੁਰੂ ਹੋਇਆ ਸੀ, ਲੌਕਡਾਊਨ 1.0 ਸ਼ੁਰੂ ਹੋਇਆ, ਉਸ ਤੋਂ 15 ਦਿਨੀ ਬਾਅਦ ਕੈਪਟਨ ਸਾਹਿਬ ਲਾਈਵ ਹੋਏ ਫੇਸਬੁੱਕ ਤੇ, ਉਹਨਾਂ ਨੇ ਕਿਹਾ ਕਿ ਜਿੰਨੇ ਟੈਸਟ ਪੰਜਾਬ ਵਿੱਚ ਹੋਣੇ ਚਾਹੀਦੇ ਨੇ ਉਹਨੇ ਟੈਸਟ ਪੰਜਾਬ ਨੂੰ ਨਹੀਂ ਮਿਲ ਰਹੇ। ਨਾ ਮਿਲਣ ਦਾ ਕਾਰਨ ਕਿ ਸਾਡੇ ਕੋਲ ਕਿੱਟਾਂ ਨਹੀਂ।
ਸੋ ਅੱਜ ਵੀ ਸਾਡੇ ਕੋਲ ਕਿੱਟਾਂ ਨਹੀਂ ਹੈਗੀਆਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਸਾਡੇ ਕੋਲ ਕਿੱਟਾਂ ਅਵੇਲੇਬਲ ਨਹੀਂ ਸੀ ਨਹੀਂ ਮੇਰਾ ਸਵਾਲ ਉਹੀ ਸੀਗਾ ਵੀ ਜੇ ਸਰਕਾਰ ਕੋਲ ਕਿੱਟਾਂ ਨਹੀਂ ਤਾਂ ਪ੍ਰਾਈਵੇਟ ਲੈਬੋਰੇਟਰੀਆਂ ਕੋਲ ਕਿੱਟਾਂ ਕਿੱਥੋਂ ਆ ਜਾਣਗੀਆਂ ਕਿੱਟਾਂ ਕਿੱਥੋਂ ਮਿਲ ਰਹੀਆਂ ਜੀ ਬਿਲਕੁਲ ਕਿਉਂਕਿ ਸਰਕਾਰ ਕਿਤੇ ਨਹੀਂ ਚਾਹੁੰਦੀ ਵੀ ਅਸੀਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈਏ ਉਹ ਚਾਹੁੰਦੀ ਆ ਵੀ ਲੋਕ ਆਪਣਾ ਭਾਰ ਆਪੇ ਚੁੱਕਣ ਪ੍ਰਾਈਵੇਟ ਕਰਾਉਣ ਜਿਨ੍ਹਾਂ ਨੂੰ ਕੋਈ ਸ਼ੱਕ ਆਪਣੇ ਪੈਸੇ ਹੁਣ ਪੁੰਨਾਂ ਨੇ ਤੁਲੀ ਲੈਬੋਰੇਟਰੀ ਵਾਲਿਆਂ ਨੇ 4500 ਰੁਪਏ ਉਹਦਾ ਟੈਸਟ ਦਾ ਰੇਟ ਰੱਖਿਆ ਸੀ ਇਸ ਤੋਂ ਇਲਾਵਾ ਉਹ ਡਰਾਤਮਕ ਹੈ ਬਹੁਤ ਸਾਰੇ ਜਿਵੇਂ ਵਿੱਚ ਖਬਰ ਦੇ ਵਿੱਚ ਆਇਆ ਵੀ ਉਹ ਪੈਸੇ ਲੈਂਦੇ ਸੀਗੇ ਬੜਾ ਵੱਡੀ ਧਾਂਦਲੀ ਹੋ ਰਹੀ ਸੀਗੀ ਸੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕਿ ਧਾਂਦਲੀ ਦੀ ਤੁਸੀਂ ਗੱਲ ਕਰਦੇ ਲੋਕ ਆਪਣੇ ਰਿਸਕ ਤੇ ਜਾਣਾ ਸ਼ੁਰੂ ਕਰਤਾ ਜੀ ਦੋਸਤੋ ਇੱਕ ਮੈਂ ਤੁਹਾਡੇ ਨਾਲ ਅੱਜ ਦੀ ਘਟਨਾ ਸਾਂਝੀ ਕਰਨ ਲੱਗਿਆ ਕਿ ਮੇਰੇ ਇੱਕ ਵਟਸਐਪ ਤੇ ਕਿਸੇ ਦੋਸਤ ਦਾ ਮੈਸੇਜ ਆਇਆ ਉਹਨੇ ਅਖਬਾਰ ਦੀ ਕਟਿੰਗ ਭੇਜੀ ਜਿਸ ਵਿੱਚ ਲਿਖਿਆ ਹੋਇਆ ਸੀਗਾ ਕਿ ਆਪਣੇ ਰਿਸਕ ਤੇ ਵਿਆਹ ਕਰਵਾਇਆ ਲਾੜੇ ਦੀ ਵਿਆਹ ਤੋਂ 2 ਦਿਨ ਬਾਅਦ ਮੌਤ ਹੋ ਜਾਂਦੀ ਹੈ ਤੇ 15 ਮਰੀਜ਼ ਪੋਜ਼ਿਟਿਵ ਨਿਕਲਦੇ ਨੇ ਮਰੀਜ਼ ਮਤਲਬ ਕਿ 15 ਜਿਹੜੇ ਉਹਦੇ ਨਾਲ ਰਿਸ਼ਤੇਦਾਰ ਗਏ ਸੀ ਉਹ ਪੋਜ਼ਿਟਿਵ ਨੇ ਤੁਸੀਂ ਇਹਨਾਂ ਹਾਲਾਤਾਂ ਨੂੰ ਕਿਵੇਂ ਦੇਖੋਗੇ ਕਿਵੇਂ ਇਹਨਾਂ ਚੋਂ ਅਸੀਂ ਵਿਚਰਾਂਗੇ ਤੇ ਸਰਕਾਰ ਨੇ ਸਾਨੂੰ 50% ਦੀ ਮਨਜ਼ੂਰੀ ਦੇ ਦਿੱਤੀ 500 ਬੰਦਾ ਤਾਂ ਬਰਾਤ ਵਿੱਚ ਵੈਸੇ ਹੀ ਹੋ ਜਾਂਦਾ ਮਤਲਬ ਕਿ ਅਸੀਂ 250 ਬੰਦੇ ਨਾਲ ਬੈਂਡ ਬਾਜੇ ਲੈ ਕੇ ਬਰਾਤ ਵਿੱਚ ਜਾ ਸਕਦੇ ਹਾਂ ਤੇ ਕਰੋਨਾ ਨੂੰ ਆਪਣੇ ਘਰ ਵਿੱਚ ਵੀ ਲੈ ਕੇ ਆ ਸਕਦੇ ਹਾਂ ਜਿੱਥੇ ਸਾਡੇ ਘਰਾਂ ਵਿੱਚ ਬਹੂ ਰਾਣੀ ਨੇ ਆਉਣਾ ਤੇ ਉੱਥੇ ਨਾਲ ਸਾਡੇ 5-10 ਮਰੀਜ਼ 50 ਮਰੀਜ਼ ਕਰੋਨਾ ਦੇ ਵੀ ਸਾਡੇ ਨਾਲ ਨਿਕਲ ਰਹੇ ਨੇ ਤੁਹਾਡਾ ਕੀ ਵਿਚਾਰ ਆ ਗੈਰੀ ਜੀ ਅਸਲ ਚ ਨਾ ਸਾਨੂੰ ਆਦਤ ਪੈ ਚੁੱਕੀ ਆ ਵੀ ਹਰ ਟਾਈਮ ਤੇ ਅਸੀਂ ਸਰਕਾਰ ਨੂੰ ਕੋਸਣਾ ਤੁਸੀਂ ਮੈਂ ਵੀ ਇੱਥੇ ਬੈਠ ਕੇ ਅਸੀਂ ਅਕਸਰ ਹੀ ਸਰਕਾਰ ਨੂੰ ਕੋਸਦੇ ਰਹੇ ਨੇ ਪਰ ਗੱਲ ਇਹ ਵੀ ਸਿਰਫ ਸਾਰੇ ਕੰਮਾਂ ਦੀ ਹੁਣ 3 ਕਰੋੜ ਦੇ ਕਰੀਬ ਸਾਡੇ ਪੰਜਾਬ ਦੀ ਪਾਪੂਲੇਸ਼ਨ ਆ ਹੁਣ ਸਰਕਾਰ ਇਕੱਲੇ ਇਕੱਲੇ ਬੰਦੇ ਨੂੰ ਕਿੱਥੇ ਦੇਖ ਸਕਦੀ ਨਾ ਇਕੱਲੇ ਇਕੱਲੇ ਬੰਦੇ ਦਾ ਟੈਸਟ ਕਰ ਸਕਦੀ ਜਾਂ ਤੇ ਕੋਈ ਇਹੋ ਜਿਹਾ ਇੱਕ ਦਰਵਾਜ਼ਾ ਬਣਾਇਆ ਵੀ ਸਾਰੇ ਲੰਘਦੇ ਰਹੋ ਜਿਹੜੇ ਸਹੀ ਨੇ ਉਹ ਲੰਘ ਜਾਓ ਜਿਹੜੇ ਪੋਜ਼ਿਟਿਵ ਆਏ ਜੀ ਬਿਲਕੁਲ ਇਸ ਤਰੀਕੇ ਦਾ ਕੁਝ ਵੀ ਨਹੀਂ ਹੈਗਾ ਹੁਣ ਇਕੱਲੇ ਇਕੱਲੇ ਬੰਦੇ ਦਾ ਟੈਸਟ ਕਰਨਾ ਇਕੱਲੇ ਇਕੱਲੇ ਬੰਦੇ ਦੀ ਨਿਗਾਹ ਰੱਖਣੀ ਉਹਦੀ ਸਾਰੀ ਹਿਸਟਰੀ ਰੱਖਣੀ ਇਹ ਵੀ ਮਤਲਬ ਇੰਨਾ ਪੋਸੀਬਲ ਨਹੀਂ ਹੈ ਇਸ ਲਈ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਹੁਣ ਜ਼ਿੰਮੇਵਾਰੀ ਦੀ ਗੱਲ ਆ ਗਈ ਮਾਸਕ ਦੀ ਗੱਲ ਹੈ ਮਾਸਕ ਨੂੰ ਲੋਕਾਂ ਨੇ ਸੇਮ ਹੈਲਮਟ ਦੀ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਆਪਾਂ ਲੋਕ ਹੈਲਮਟ ਜਿਹੜੇ ਸੀ ਉਹ ਬਾਹਾਂ 'ਚ ਟੰਗ ਕੇ ਰੱਖਦੇ ਸੀ ਸਾਹਮਣੇ ਕੁਛ ਦੇਖ ਲਿਆ ਕੋਈ ਨਾਕਾ ਆ ਗਿਆ ਤੇ ਇਕਦਮ ਸਿਰ ਤੇ ਬਾਹਰ ਸੇਮ ਉਹੀ ਗੱਲ ਇਹ ਜਿਹੜੇ ਮਾਸਕ ਨੇ ਇਹਨਾਂ ਰੱਸੀਆਂ ਬੰਨੀਆਂ ਨੇ ਗਲਾਂ 'ਚ ਲਗਾ ਲਏ ਨੇ ਜਦੋਂ ਕਿਤੇ ਲੋੜ ਹੁੰਦੀ ਨਾਕਾਂ ਦਾ ਉੱਥੇ ਅਸੀਂ ਉੱਪਰ ਕਰ ਲੈਂਦੇ ਹਾਂ ਅਦਰਵਾਈਜ਼ ਥੱਲੇ ਗਲਾਂ 'ਚ ਪਾ ਕੇ ਸਾਡਾ ਅਸੀਂ ਫੈਸ਼ਨ ਬਣਾ ਲਿਆ ਸਿਰਫ ਮਾਸਕ ਪਾਉਣ ਦੇ ਨਾਲ ਹੀ ਕਰੋਨਾ ਜਿਹੜਾ ਕਰੋਨਾ ਤੋਂ ਹੀ ਨਹੀਂ ਬਚ ਸਕਦੇ ਇਸ ਤੋਂ ਇਲਾਵਾ ਤੁਸੀਂ ਦੇਖੋ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਦੇ ਵਿੱਚ ਜਾ ਕੇ ਉਸੇ ਤਰ੍ਹਾਂ ਹੀ ਭੀੜ ਲੱਗੀ ਹੈ ਕੋਈ ਕਿਹਾ ਜਾਂਦਾ ਵੀ 2 ਮੀਟਰ ਦਾ ਫਾਸਲਾ ਰੱਖੋ ਫਾਸਲਾ ਤਾਂ 1.5 ਮੀਟਰ ਦਾ ਗੁਰਦੇਵ ਜੀ ਸੋਸ਼ਲ ਡਿਸਟੈਂਸਿੰਗ ਨਾਂ ਦੀ ਕੋਈ ਵੀ ਚੀਜ਼ ਨੂੰ ਅਸੀਂ ਫੋਲੋ ਨਹੀਂ ਕਰ ਰਹੇ ਮੈਂ ਨਾਲ ਹੀ ਇੱਕ ਮਿੰਟ ਹੋਰ ਇਹ ਜਿਵੇਂ ਆਪਾਂ ਰੋਡ ਦੀ ਗੱਲ ਕਰ ਲਈਏ ਸਿਰਫ ਤੇ ਸਿਰਫ ਰੋਡ ਤੇ ਬੱਸਾਂ ਨਹੀਂ ਨੇ ਬੱਸਾਂ ਨੂੰ ਛੱਡ ਕੇ ਬਾਕੀ ਸਾਰੇ ਵਾਹਨ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਉਸੇ ਤਰ੍ਹਾਂ ਦਾ ਭੀੜ ਭੜੱਕਾ ਉਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਇਸ ਦਾ ਮੇਰਾ ਕਹਿਣ ਦਾ ਮਤਲਬ ਇਹ ਵੀ ਜਦੋਂ 1.5 ਮਹੀਨਾ ਕਰਫਿਊ ਲੱਗ ਗਿਆ ਸੀਗਾ ਜੋ 3 ਮਹੀਨੇ ਲਾਕਡਾਊਨ ਹੋ ਗਿਆ ਸੀ ਕੀ ਉਦੋਂ ਜ਼ਿੰਦਗੀ ਨਹੀਂ ਚੱਲੀ ਬਿਲਕੁਲ ਕੀ ਉਦੋਂ ਵਿਆਹ ਨਹੀਂ ਹੋਏ ਲੋਕਾਂ ਨੇ 5-5 ਬੰਦਿਆਂ ਨੂੰ ਲੈ ਕੇ ਬਰਾਤ ਖੜ ਕੇ ਵਿਆਹ ਕੀਤੇ ਤਾਂ ਜੇ ਫਿਰ ਸਾਨੂੰ ਜ਼ਰਾ ਤੇ ਜਿੰਨੀ ਢਿੱਲ ਮਿਲੀ ਨਹੀਂ ਤੇ ਅਸੀਂ ਇਹ ਸਮਝ ਲੱਗ ਪਏ ਕਹਿਣ ਦਾ ਭਾਵ ਵੀ ਜਿਸ ਤਰ੍ਹਾਂ ਸਟਾਰਟਿੰਗ ਵਿੱਚ ਅਸੀਂ ਕੋਰੋਨਾ ਦੀ ਮਹਾਮਾਰੀ ਤੋਂ ਡਰ ਗਏ ਸੀਗੇ ਉਹਨਾਂ ਹੀ ਸੀ ਹੋ ਗਈ ਉਹਨਾਂ ਉਹਨਾਂ 5 ਲੋਕਾਂ ਦੇ ਵਿਆਹ ਦੇ ਦੌਰਾਨ ਵੀ ਉਹਨਾਂ ਵਿੱਚੋਂ ਵੀ ਕੋਈ ਵੀ ਕੇਸ ਪੋਜ਼ਿਟਿਵ ਨਹੀਂ ਆਇਆ ਤੁਸੀਂ ਮਾਸਕ ਦੀ ਗੱਲ ਕੀਤੀ ਫੇਸਬੁੱਕ ਤੇ ਇੱਕ ਵੀਡੀਓ ਚੱਲ ਰਹੀ ਸੀ ਤੇ ਉਸ ਵੀਡੀਓ ਵਿੱਚ ਪਾਕਿਸਤਾਨ ਦੇ ਐਂਕਰ ਵੀਡੀਓ ਬਣਾ ਰਿਹਾ ਤੇ ਲੋਕਾਂ ਨੂੰ ਮਾਸਕ ਬਾਰੇ ਪੁੱਛ ਰਿਹਾ ਤੇ ਜਾਗਰੂਕ ਕਰ ਰਿਹਾ ਉਸ ਵੀਡੀਓ ਦੌਰਾਨ ਇੱਕ ਬੰਦੇ ਦਾ ਉਹਨੇ ਮਾਸਕ ਚੱਕਿਆ ਤੇ ਕਿਹਾ ਉਹਨੂੰ ਉਹਨੂੰ ਟੀਚਰ ਕਰਦੇ ਨੂੰ ਕਿਹਾ ਕਿ ਭਾਈ ਇਹ ਪੁਰਾਣੇ ਕਰੋਨਾ ਕਾਲ ਦਾ ਭਾਵ ਕਿ ਲੋਕਾਂ ਕੋਲ ਇੰਨੇ ਪੁਰਾਣੇ ਪੁਰਾਣੇ ਮਾਸਕ ਹੋ ਚੁੱਕੇ ਨੇ ਦੋਸਤੋ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮਾਸਕ ਨੂੰ ਲੈ ਕੇ ਇੱਕ ਸਾਡੇ ਕੋਲ ਮਾਸਕ ਹੈ ਜਿਹਦੇ ਸਿਰ ਤੇ ਅਸੀਂ ਬਾਜ਼ਾਰ ਤੇ ਦੇਸ਼ ਦੁਨੀਆ 'ਚ ਘੁੰਮਣ ਲਈ ਤਿਆਰ ਹਾਂ ਕਿ ਸਾਡੇ ਕੋਲ ਮਾਸਕ ਹੈ ਚੰਗੇ ਮਾਸਕ ਸਾਨੂੰ ਵਰਤਣ ਦੀ ਲੋੜ ਹੈ ਜਿਹੜਾ ਮਾਸਕ ਅਸੀਂ 10 ਰੁਪਏ ਦਾ ਲੈਂਦੇ ਹਾਂ ਮੈਂ ਨਹੀਂ ਕਹਿੰਦਾ ਉਹ ਮਾੜਾ ਜੇ ਉਹ ਮਾਸਕ ਸਰਕਾਰ ਕਹਿੰਦੀ ਹੈ ਜਾਂ ਡਾਕਟਰ ਕਹਿੰਦੇ ਨੇ ਕਿ 1 ਦਿਨ ਲਈ ਵਰਤੋ ਤਾਂ ਉਸਨੂੰ 1 ਦਿਨ ਲਈ ਵਰਤੋ ਜੇ ਉਹਦੀ ਵੈਲਿਡਿਟੀ 3 ਡੇਜ਼ ਦੀ ਹੈ ਤਾਂ ਉਹਨੂੰ 3 ਡੇਜ਼ ਲਈ ਵਰਤੋ ਗੁਰਦੇਵ ਜੀ ਸਰਜੀਕਲ ਮਾਸਕ ਨੂੰ 20-20 ਦਿਨ ਲੋਕ ਵਰਤ ਰਹੇ ਨੇ ਧੋ ਰਹੇ ਨੇ ਵਰਤ ਰਹੇ ਨੇ ਤੇ ਉਹਨਾਂ ਦੇ ਬੂਰ ਨਿਕਲਣ ਲੱਗ ਗਏ ਉਹਨਾਂ ਮਾਸਕਾਂ ਦੀ ਹਾਲਤ ਇੱਕ ਸਰਦੀ ਚ ਪਾਉਣ ਵਾਲੀ ਕੋਟੀ ਵਰਗੀ ਹੋਈ ਪਈ ਹੈ ਸੋ ਇਹ ਤਾਂ ਹੋ ਗਈ ਸਾਡੇ ਕਰੋਨਾ ਦੀ ਗੱਲ ਜੀ ਅਗਲਾ ਮੁੱਦਾ ਸੀ ਚੀਨ ਤੇ ਭਾਰਤ ਦੇ ਤਣਾਅ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਜੀ ਤੁਹਾਨੂੰ ਕੀ ਲੱਗਦਾ ਕਿ ਇਹ ਹਾਲਾਤ ਸੰਭਲ ਜਾਣਗੇ ਕੀ ਅਸੀਂ ਲੜਾਈ ਵੱਲ ਵੱਧ ਰਹੇ ਹਾਂ ਜਾਂ ਇਹ ਹਾਲਾਤ ਦਿਖਾਉਣ ਹਾਥੀ ਦੰਦਾਵਾਂਗੇ ਕਿ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਕੀ ਵਿਚਾਰ ਨੇ ਅਸਲੀ ਗੱਲ ਤਾਂ ਇਹ ਹੈ ਗੈਰੀ ਜੀ ਭਾਰਤ ਚੀਨ ਦੇ ਜਿਹੜੇ ਇਸ ਵਕਤ ਜਿਹੜੇ ਸੰਬੰਧ ਨੇ ਜਾਂ ਹਾਲਾਤ ਨੇ ਸਰਹੱਦਾਂ ਦੇ ਉਹ ਬੜੇ ਤਣਾਅਪੂਰਕ ਨੇ ਬੇਸ਼ੱਕ ਸਰਕਾਰਾਂ ਜੀ ਕੁਛ ਵੀ ਸਪਸ਼ਟ ਨਹੀਂ ਕਰ ਰਹੀਆਂ ਸਰਕਾਰਾਂ ਨੇ ਤੇ ਉਹ ਜਿਹੜੀ ਕੁਛ ਦਿਨ ਘਟਨਾ ਹੋਈ 15-16
जून की जी विचकारली रात में हुई घटना उस बारे भी अजे तक कुछ भी स्पष्ट नहीं किया। इधरों उधरों खबर आ रही ने एक फौजी उ नाम से सुरिंदर सिंह जे अलवर के रहने वाले से उत्थे उस गहगच लड़ाई में बेहोश हो जाते हैं फटड़ हो जाते हैं। उस तो बाद उन्होंने दूसरे दिन जिहड़ा ले होस्पिटल में 12-14 घंटे बाद होश आउंदी है वह अपने घरदियां नाल गल करदे उन्होंने घरदियां तो बाहर हुई गल के बिहाफ से उत्थे पता लगता कि उस वक्त 250 सैनिक साढ़े हिंदुस्तान के भारती सीगे ते 1000 के करीब जिहड़े चीनी फौजियां ने हमला किया। लगभग 5 घंटे गहगच उत्थे लड़ाई हुई एक नदी पैंदी कहिंदे बहुत ठंडा पानी उत्थे बलवान घाटी की जिहड़ी उत्थे उस 5 घंटे लड़ाई तो बाद 20 जवान साढ़े जिहड़े साढ़े देश के शहीद हो गए। इन्होंने यह भी कहना पहला दावा भारतीयों का भी असं 43 फौजी मारते 40 मारते फिर इन्हें कहा भी असं उन्होंने जिहड़े 23 चीनी सैनिक असं उन्होंने मार दिते आ। कुलदीप जी होया बहुत मंदभागा साझी करनी है कि असि कह रहे हैं सानू उतरों चीन दी वीडियोज आउंदी जदों कोई भी या पाकिस्तान वाले चीन दे नाल बड़े गुप्त वाले संबंध ने मित्रता दे ओ वीडियो शेयर करनगे कि इंडियन इन्ने मारे गए ओ कहंदे ने इन्ने मारे गए मरे दोनों पासे मावां दे पुत ने भावे किसी भी सरकार ने मराए हुण किसी ने मराए होवे दर्द ते दुख दोनों लई मौत दा इको जिहा है। सो मैनू लगदा कि इस नूं थोड़ा जिहा सरकार नूं या मीडिया नूं होर गलत तरीके नाल हाईलाइट नहीं करना चाहीदा। शहीद नूं शहीद दा दर्जा भारत विच सही तरीके नाल ही देना चाहीदा भावे उधर मर रहा भावे इधर मर रहा मरदे दोनों पासे मावां दे पुत ने। ਤੁਸੀਂ ਮੀਡੀਆ ਦੀ ਗੱਲ ਕੀਤੀ ਮੀਡੀਆ ਬਾਰੇ ਪੱਗੀ ਵੀ ਦਿਨ ਗੱਲ ਕੀਤੀ ਸੀ ਕਿ ਮੀਡੀਆ ਦੀ ਜਿਹੜੀ ਹਾਲਤ ਆ ਉਹ ਸਰਕਾਰਾਂ ਨਾਲੋਂ ਵੀ ਮਾੜੀ ਪਰ ਆਪਾਂ ਮੈਂ ਚੀਨ ਦੇ ਬਾਰੇ ਹੋਰ ਥੋੜੀ ਜਿਹੀ ਗੱਲ ਕਰਦਾ ਵਾਂ ਕਿ ਲਗਭਗ 3500 ਕਿਲੋਮੀਟਰ ਦੀ ਸਾਡੀ ਸਰਹੱਦ ਹੈ ਜਿਹਨੂੰ ਅਸੀਂ LAC ਕਹਿੰਦੇ ਹਾਂ। ਇਸ ਵਕਤ ਉੱਥੇ ਜਿਹੜੀਆਂ ਸਾਡੀਆਂ ਤਿੰਨੇ ਫੌਜਾਂ ਨੇ ਜਲ ਸੈਨਾ ਥਲ ਸੈਨਾ ਤੇ ਤਿੰਨੋਂ ਜਿਹੜੀਆਂ ਸਾਡੀਆਂ ਜਿਹੜੀਆਂ ਫੌਜਾਂ ਨੇ ਉਹ ਇਸ ਵਕਤ ਜਿਹੜੀ ਹਾਈ ਅਲਰਟ ਤੇ ਨੇ ਕੁਛ ਵੀ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ। ਇਸ ਵਕਤ ਜਿਹੜਾ ਭਾਰਤ ਨੇਪਾਲ ਤੇ ਸੌਰੀ ਜਿਹੜਾ ਚੀਨ ਨੇਪਾਲ ਤੇ ਪਾਕਿਸਤਾਨ ਇਹ ਤਿੰਨੋਂ ਇਕੱਠੇ ਨੇ। ਇਸ ਤੋਂ ਇਲਾਵਾ ਕੱਲ ਇਹ 18 ਇਸਲਾਮੀ ਦੇਸ਼ਾਂ ਨੇ ਮੀਟਿੰਗ ਕੀਤੀ ਉਹਦੇ ਨਾਲ ਜਿਹੜਾ ਭਾਰਤ ਤੇ ਜਿਹੜਾ ਤਣਾਅ ਕਹਿ ਲਓ ਉਹ ਜਿਹੜੀ ਜਾਂ ਚਿੰਤਾ ਭਾਰਤ ਦੀ ਹੋਰ ਵੱਧ ਗਈ ਹੈ ਵੀ ਕੁਛ ਵੀ ਹੋ ਸਕਦਾ ਕਿਉਂਕਿ ਉਹ ਸਾਰੇ ਇਕੱਠੇ ਹੋ ਚੁੱਕੇ ਨੇ ਕੁਛ ਵੀ ਆਉਣ ਵਾਲੇ ਦਿਨਾਂ ਚ ਹੋ ਸਕਦਾ। ਤੁਸੀਂ ਨੇਪਾਲ ਦਾ ਨਾਮ ਤੁਹਾਡੇ ਮੂੰਹੋਂ ਅਚਾਨਚਕ ਨਿਕਲਿਆ ਉਹ ਕਿਤੇ ਗਲਤ ਨਹੀਂ ਲਿਆ ਤੁਸੀਂ ਉਹ ਸਹੀ ਹੈ ਬਿਲਕੁਲ ਸਹੀ ਹੈ। ਭਾਰਤ ਤੇ ਨੇਪਾਲ ਦੇ ਸੰਬੰਧ ਵੀ ਠੀਕ ਨਹੀਂ ਉਹ ਵੀ ਬਹੁਤ ਨਾਜ਼ੁਕ ਨੇ ਜਿੱਥੇ ਕਿ ਇੱਕ ਸਾਡੇ ਜਾਣ ਆਉਣ ਲਈ ਇੱਕ ਛੋਟਾ ਜਿਹਾ ਫਾਟਕ ਲੱਗਿਆ ਹੁਣ ਤਾਂ ਸ਼ਾਇਦ ਉਹ ਫਾਟਕ ਵੀ ਨਹੀਂ ਸੀ ਤੁਸੀਂ ਆਦਾਨ ਪ੍ਰਦਾਨ ਸਾਡਾ ਆਉਣਾ ਜਾਣਾ ਟਰੱਕਾਂ ਦਾ ਉੱਥੇ ਆਮ ਸੀ ਪਰ ਹੁਣ ਉੱਥੋਂ ਦੀ ਸਥਿਤੀ ਵੀ ਸਾਨੂੰ ਅੱਖਾਂ ਕੱਢ ਰਹੀ ਹੈ ਤੇ ਇੱਕ ਹੁਣੇ ਉੱਥੇ ਸ਼ਾਇਦ ਇੱਕ ਐਕਟ ਲਾਗੂ ਹੋਇਆ ਜਿਹਦੇ ਬਾਰੇ ਮੈਨੂੰ ਕੁਛ ਖਾਸ ਨੌਲੇਜ ਤਾਂ ਨਹੀਂ ਪਰ ਮੈਂ ਖਬਰ ਪੜ੍ਹੀ ਜਿਹਦੇ ਵਿੱਚ ਇਹ ਲਿਖਿਆ ਸੀਗਾ ਕਿ ਭਾਰਤ ਵਿੱਚ ਵਿਆਹ ਕਰਾਉਣ ਵਾਲਾ ਨੇਪਾਲ ਦੀ ਰੈਜੀਡੈਂਸੀ ਤੋਂ ਜਾਂ ਨੇਪਾਲ ਦੀ ਨੈਸ਼ਨੈਲਿਟੀ ਤੋਂ ਹੱਥ ਧੋ ਬੈਠੂਗਾ। ਜੋ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਨੇ ਜੋ ਇਹ ਗੱਲਾਂ ਨੇ ਇਹ ਸਿੱਧੇ ਰੂਪ ਵਿੱਚ ਜਾਂ ਅਸਿੱਧੇ ਰੂਪ ਵਿੱਚ ਭਾਰਤ ਨੂੰ ਅੱਖਾਂ ਕੱਢ ਰਹੀਆਂ ਨੇ ਤੇ ਉਹ ਦਿਖਾ ਰਹੀਆਂ ਨੇ ਕਿ ਅਸੀਂ ਇੰਡੀਪੈਂਡੈਂਟ ਹਾਂ ਸਾਨੂੰ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ। ਗੱਲ ਅਸਲ 'ਚ ਇਹ ਗੈਰੀ ਜੀ ਕਿ ਨੇਪਾਲ ਇੱਕ ਗਰੀਬ ਮੁਲਕ ਹੈ ਬਹੁਤ ਸਾਲ ਭਾਰਤ ਦੀ ਉੱਥੇ ਰਹਿਨੁਮਾਈ ਰਹੀ ਜਾਂ ਭਾਰਤ ਨੂੰ ਮਦਦ ਦਿੰਦਾ ਰਿਹਾ ਤੇ ਸਾਡੇ ਦੇ ਗ੍ਰਹਿ ਮੰਤਰੀ ਦਾ ਵੀ ਇਹ ਬਿਆਨ ਸੀਗਾ ਵੀ ਭਾਰਤ ਦੇ ਜਿਹੜਾ ਨੇਪਾਲ ਹੈ ਰੋਟੀ ਬੇਟੀ ਦੀ ਸਾਂਝ ਇਹਨਾਂ ਦੇ ਵਿਚਕਾਰ ਉਹ ਹੈਗੀ ਵੀ ਸੀ ਪਰ ਹੁਣ ਹੀ ਮੰਨਣਾ ਪਊਗਾ ਵੀ ਉਹ ਜਿਹੜਾ ਨੇਪਾਲ ਆ ਉਹ ਇਸ ਵਕਤ ਚੀਨ ਦੀ ਸ਼ਹਿ ਤੇ ਕੰਮ ਕਰ ਰਿਹਾ ਜਾਂ ਚੀਨ ਦੀ ਹੱਲਾਸ਼ੇਰੀ ਨੂੰ ਜਾਂ ਚੀਨ ਨਾਲ ਰਲ ਚੁੱਕਾ ਤੁਸੀਂ ਕੁਛ ਲਾ ਲਓ ਇਸ ਵਕਤ ਤੋਂ ਭਾਰਤ ਵੱਖਾਂ ਦਿਖਾ ਲਿਆ ਜੀ। ਸੋ ਮੇਰੇ ਨਾਲ ਤੁਹਾਡਾ ਆਖਰੀ ਸਵਾਲ ਹੈ ਜੀ ਕਿ ਤੇਲ ਤੇ ਡੀਜ਼ਲ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਜਿਹਦੇ ਬਾਰੇ ਅਸੀਂ ਪਹਿਲਾਂ ਵੀ ਬਹੁਤ ਡਿਟੇਲ ਚ ਗੱਲ ਕਰ ਚੁੱਕੇ ਜੀ ਤੇ ਅੱਜ 14ਵਾਂ ਜਾਂ 15ਵਾਂ ਦਿਨ ਆ ਸਾਡੇ ਵਿੱਚ ਸੋ ਤੁਸੀਂ ਕਿਵੇਂ ਦੇਖ ਰਹੇ ਹੋ ਤੇ ਕੀ ਸਰਕਾਰਾਂ ਦੇ ਫੈਸਲੇ ਨੇ ਉਹਨਾਂ ਬਾਰੇ ਕੁਛ ਨਾ ਕੁਛ ਥੋੜਾ ਜਿਹਾ ਚਾਨਣਾ ਜੰਦ ਜਾਂਦੇ ਜੀ ਜੀ ਬਿਲਕੁਲ ਜੀ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਜਿਹੜਾ ਜਿਹੜਾ ਡੀਜ਼ਲ ਪੈਟਰੋਲ ਦਾ ਮੁੱਦਾ ਹੈ ਬਿਲਕੁਲ ਆਮ ਲੋਕਾਂ ਨਾਲ ਸਿੱਧਾ ਡਾਇਰੈਕਟਲੀ ਜੁੜਿਆ ਹੋਇਆ ਪਿਛਲੇ 14 ਦਿਨ ਤੋਂ ਲਗਾਤਾਰ ਤੇਲ ਵਧ ਰਿਹਾ 9 ਰੁਪਏ ਤੋਂ ਉੱਪਰ ਹੋ ਚੁੱਕਾ ਜੀ ਡੀਜ਼ਲ ਤੇ ਪੈਟਰੋਲ ਦੋਨਾਂ ਦੀ ਕੀਮਤ 9 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੋ ਚੁੱਕੀ ਹੈ ਤੇ ਲੋਕਾਂ ਦੇ ਲੋਕ ਅਜੇ ਕਿਉਂਕਿ ਲਾਕਡਾਊਨ ਉਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਜਾਂ ਉਸ ਤਰੀਕੇ ਨਾਲ ਪ੍ਰੋਟੈਸਟ ਜਾਂ ਆਵਾਜ਼ ਨਹੀਂ ਉਠਾਈ ਜਾ ਰਹੀ ਕੁਛ ਮੀਡੀਆ 'ਚ ਗੱਲ ਥੋੜੀ ਬਹੁਤ ਚੱਲੀ ਕੱਲ ਕੈਬਨਿਟ ਮੰਤਰੀ ਦਾ ਇੱਕ ਜਿਹੜੇ ਸਾਡੇ ਸੈਂਟਰ ਸਰਕਾਰ ਦੇ ਕੈਬਨਿਟ ਮੰਤਰੀ ਦਾ ਬਿਆਨ ਆਇਆ ਕਿ ਅਜੇ ਅਸੀਂ ਇਹ ਜਿਹੜੀਆਂ ਤੇਲ ਕੀਮਤਾਂ ਦੇ ਵਿੱਚ ਕਟੌਤੀ ਨਹੀਂ ਕਰ ਸਕਦੇ ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਲਾਕਡਾਊਨ ਦੌਰਾਨ ਜਿਹੜਾ ਡੀਜ਼ਲ ਤੇ ਜਿਹੜਾ ਪੈਟਰੋਲ ਦੀ ਉਹਦੀ ਖਪਤ ਘੱਟ ਹੋਈ ਹੈ ਜੀ ਕੰਪਨੀਆਂ ਨੂੰ ਘਾਟਾ ਪਿਆ ਆ ਸੋ ਅਸੀਂ ਅਜੇ ਇਸ ਨੂੰ ਨਹੀਂ ਘਟਾ ਸਕਦੇ ਸਾਡੀ ਅਸੀਂ ਜਿਹੜੀ ਵਿੱਤੀ ਸਾਡੀ ਹਾਲਤ ਹੈ ਜਿਹੜੀ ਉਹ ਅਜੇ ਮਾੜੀ ਆ ਅਜੇ ਸਾਨੂੰ ਪੈਸੇ ਦੀ ਲੋੜ ਆ ਬਹੁਤ ਸਾਰੇ ਕੰਮਾਂ ਲਈ ਸਰਕਾਰ ਨੂੰ ਪੈਸੇ ਉਹ ਡਾਇਰੈਕਟ ਕਹਿ ਰਹੇ ਸਰਕਾਰ ਨੂੰ ਬਹੁਤ ਸਾਰੇ ਕੰਮਾਂ ਲਈ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਸਰਕਾਰ ਪਾਸ ਕਰਦੀ ਉਹਨਾਂ ਨੂੰ ਬਹੁਤ ਵੱਡੇ ਪੈਸੇ ਦੀ ਲੋੜ ਹੁੰਦੀ ਹੈ ਇਸ ਕਰਕੇ ਮੈਂ ਇੱਥੇ ਰੁਕਣਾ ਚਾਹਾਂਗਾ ਅੱਗੇ ਦੇ ਕਿ
ਕੰਪਨੀਆਂ ਨੂੰ ਉੱਪਰ ਚੱਕਣ ਵਾਸਤੇ ਇੱਕ ਆਮ ਆਦਮੀ ਇੱਕ ਕਿਸਾਨ ਦੀ ਕਿਉਂਕਿ ਡੀਜ਼ਲ ਦਾ ਬਹੁਤ ਸਾਰਾ ਸਿੱਧਾ ਸੰਬੰਧ ਕਿਸਾਨੀ ਨਾਲ ਜੁੜਿਆ ਕਿ ਇੱਕ ਕੰਪਨੀਆਂ ਨੂੰ ਤੁਸੀਂ ਬਚਾਉਣ ਦੇ ਲਈ ਤੁਸੀਂ ਕਿਸਾਨਾਂ ਦਾ ਘਾਣ ਕਰ ਰਹੇ ਹੋ ਤੁਸੀਂ ਇੱਕ ਆਮ ਮਜ਼ਦੂਰ ਦਾ ਘਾਣ ਕਰ ਰਹੇ ਹੋ ਜਿਹੜਾ ਬੰਦਾ 100 ਰੁਪਏ ਦਾ ਤੇਲ ਪਵਾ ਕੇ ਆਪਣੇ ਦਿਹਾੜੀ ਤੇ ਜਾਂਦਾ ਜਾਂ ਕੰਮ ਤੇ ਜਾਂਦਾ ਕਿਸੇ ਵੀਕ ਤੇ ਉਸ ਨੂੰ ਕੰਪਨੀ ਉਸ ਦੇ ਸਿਰ ਤੇ ਤੁਸੀਂ ਪਾਤੀ ਕੀ ਸਰਕਾਰਾਂ ਨੂੰ ਨਹੀਂ ਸੋਚਣਾ ਚਾਹੀਦਾ ਕਿ ਇਸ ਨਾਲ ਇੱਕ ਆਮ ਤਬਕਾ ਜਿਹੜਾ ਕਿ ਜਿਹਨੂੰ ਆਪਾਂ ਮਿਡਲ ਕਲਾਸ ਕਹਿੰਦੇ ਹਾਂ ਮਿਡਲ ਕਲਾਸ ਕਿਤੇ ਨਾ ਕਿਤੇ ਦੱਬ ਕੇ ਹੈਗਾ ਜੀ ਜੇ ਆਪਾਂ ਇੰਨਾ ਜ਼ਿਆਦਾ ਸੱਚ ਬੋਲਤਾ ਹੁਣ ਹੋ ਸਕਦਾ ਆਪਣੇ ਲਈ ਵੀ ਔਖਾ ਹੋ ਜੇ ਹੋ ਸਕਦਾ ਇਹ ਕੰਪਨੀਆਂ ਸਰਕਾਰ ਚਲਾ ਰਹੀਆਂ ਹੁਣ ਬਿਲਕੁਲ ਹੋ ਸਕਦਾ ਵੀ ਜਿਹੜੀ ਜਿਹੜੀ ਸਰਕਾਰ ਆ ਉਹ ਕੰਪਨੀਆਂ ਦੇ ਆਸਰੇ ਬੈਠੀ ਹੋਵੇ ਠੀਕ ਬਹੁਤ ਇਹਨਾਂ ਦਾ ਆਪਸ ਇੱਕ ਦੂਜੇ ਦੇ ਪੂਰਕ ਨੇ ਇੱਥੋਂ ਤੱਕ ਕਈ ਵਾਰੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਉਹ ਸਰਕਾਰ ਨੂੰ ਇਹ ਵੀ ਕਹਿ ਦਿੰਦੀਆਂ ਵੀ ਕਾਰਪੋਰੇਟ ਘਰਾਣੇ ਦੀ ਸਰਕਾਰ ਆ ਜਾਂ ਉਹਨਾਂ ਵਾਸਤੇ ਸਰਕਾਰ ਆ ਉਹਨਾਂ ਦੀ ਹੀ ਸਰਕਾਰ ਆ ਉਹਨਾਂ ਦੇ ਹਿੱਤਾਂ ਲਈ ਹੀ ਕੰਮ ਕਰ ਰਹੀ ਹੈ ਸੋ ਉਹ ਕੰਮ ਉਹਨਾਂ ਨੂੰ ਹੀ ਮੁੱਖ ਰੱਖ ਕੇ ਕੰਮ ਕੀਤਾ ਜਾ ਰਿਹਾ ਆਮ ਲੋਕਾਂ ਦੀ ਪਬਲਿਕ ਦੀ ਅਜੇ ਬਾਹਲੀ ਪਰਵਾਹ ਨਹੀਂ ਕੀਤੀ ਜਾ ਰਹੀ ਜੀ ਸੋ ਦੋਸਤੋ ਇਹਨਾਂ ਗੱਲਾਂ ਦੇ ਨਾਲ ਅਸੀਂ ਇਸ ਸਿਲਸਿਲੇ ਨੂੰ ਇੱਥੇ ਖਤਮ ਕਰਦੇ ਹਾਂ ਸੋ ਤੁਹਾਨੂੰ ਸਾਡੀਆਂ ਗੱਲਬਾਤ ਚੰਗੀ ਲੱਗੀ ਮਾੜੀ ਲੱਗੀ ਜਾਂ ਅਸੀਂ ਇਹਦੇ ਵਿੱਚ ਹੋਰ ਕੀ ਸੁਧਾਰ ਕਰ ਸਕਦੇ ਹਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸੋ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਬਣੇ ਰਹਾਂਗੇ ਤੁਸੀਂ ਵੀ ਸਾਡੇ ਨਾਲ ਜੁੜਦੇ ਰਹੋ ਧੰਨਵਾਦ।